ਫੈਡਰੇਸ਼ਨ ਵੱਲੋਂ ਉਨੀ ਸਪੋਰਟ ਨਹੀਂ ਆ ਜਿੰਨੀ ਹਰਿਆਣਾ ਦੇ ਵਿੱਚ ਹੁੰਦੀ ਹੈ। ਮੋਟਰਸਾਈਕਲ ਬੁਲਟ ਕਿੰਨੇ ਕੁ ਜਿੱਤੇ ਨੇ ਹੁਣ ਭਾਜੀ? ਹੁਣ ਤੱਕ ਟੋਟਲ 98 ਮੋਟਰਸਾਈਕਲ ਨੇ, ਜਿਨ੍ਹਾਂ ਚੋਂ 32 ਬੁਲਟ ਨੇ ਤੇ 7 ਗੱਡੀਆਂ ਨੇ ਆਲਟੋ, 4 ਟਰੈਕਟਰ ਨੇ। ਵੇਖੋ ਜੀ, ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਨਹੀਂ ਛੱਡਿਆ, ਅਸੀਂ ਕੀ ਚੀਜ਼ ਆ। ਕੁਸ਼ਤੀ ਦੇ ਅਖਾੜਿਆਂ ਦੇ ਵਿੱਚ ਇੱਕ ਅਜਿਹਾ ਨਾਮ ਹੋਇਆ, ਚੜ੍ਹਦੀ ਬਰੇਸ ਦਾ ਉਹ ਗੱਭਰੂ ਹੈ, ਜੱਸਾ ਪੱਟੀ ਨਾਮ ਹੈ। ਕਹਿੰਦੇ ਜਿੱਥੇ ਵੀ ਉਹਦਾ ਨਾਂ ਲਿਆ ਜਾਂਦਾ ਹੈ ਤੇ ਲੋਕ ਮੱਲੋ ਮੱਲੀ ਜਿਹੜੇ ਹੈ ਉਸ ਮੈਦਾਨ ਦੇ ਵਿੱਚ, ਉਸ ਅਖਾੜੇ ਦੇ ਵਿੱਚ ਪਹੁੰਚ ਜਾਂਦੇ ਨੇ ਜੱਸੇ ਪੱਟੀ ਦੀ ਕੁਸ਼ਤੀ ਦੇਖਣ ਲਈ। ਜੱਸਾ ਪੱਟੀ ਦਸੂਹਾ ਪਹੁੰਚਿਆ ਹੈ, ਮੇਰੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਵੀਰੇ ਸਵਾਗਤ ਹੈ ਪਹਿਲਾਂ ਦੈਨਿਕ ਸਵੇਰਾ ਦਾ, ਬਹੁਤ ਧੰਨਵਾਦ ਜੀ। ਭਾਜੀ ਅੱਜ ਬਹੁਤ ਵੱਡਾ ਨਾਮ ਹੋ ਚੁੱਕਿਆ ਜੱਸਾ ਪੱਟੀ, ਜਿੱਥੇ ਤੁਸੀਂ ਆਉਂਦੇ ਹੋ ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ ਫੋਟੋ ਖਿਚਾਉਣ ਵਾਲਿਆਂ ਦੀਆਂ। ਇਹ ਸਫ਼ਰ ਕਿੱਦਾਂ ਦਾ ਸੀ ਜੱਸਾ ਪੱਟੀ ਤੱਕ, ਪਿੰਡ ਦੇ ਜੱਸੇ ਤੋਂ ਲੈ ਕੇ ਜੱਸਾ ਪੱਟੀ ਤੱਕ ਦਾ ਕਿੱਦਾਂ ਦਾ ਸਫ਼ਰ ਸੀਗਾ, ਕਿੰਨੀ ਕੁ ਮਿਹਨਤ ਕਰਨੀ ਪਈ? ਸਫ਼ਰ ਦੇਖੋ ਜੀ ਬਹੁਤ ਵਧੀਆ ਸੀ, ਮੁਸ਼ਕਿਲਾਂ ਵੀ ਆਈਆਂ ਪਰ ਇੱਕ ਪਰਮਾਤਮਾ ਦਾ ਓਟਾ ਆਸਰਾ ਲੈ ਕੇ ਲੱਗੇ ਰਹੇ ਜੀ, ਤੇ ਬਹੁਤ ਪਿਆਰ ਮਿਲਦਾ ਜੀ ਲੋਕਾਂ ਦਾ, ਬਹੁਤ ਖੁਸ਼ੀ ਹੁੰਦੀ ਹੈ ਕਿ ਚਲੋ ਜਦੋਂ ਮਿਹਨਤ ਦਾ ਮੁੱਲ ਪੈਂਦਾ ਜੀ। ਹਾਂਜੀ ਜੱਸੇ ਭਾਈ, ਕੁਸ਼ਤੀ ਨੂੰ ਕਿੱਦਾਂ ਦੇਖਦੇ ਹੋ? ਪੰਜਾਬ ਦੇ ਵਿੱਚ ਹੁੰਗਾਰਾ ਮਿਲਦਾ ਹੈ ਕਿਉਂਕਿ ਇੱਕ ਪਾਸੇ ਹਰਿਆਣਾ ਸਟੇਟ ਹੈ, ਹਰਿਆਣੇ ਦੇ ਵਿੱਚ ਕਹਿੰਦੇ ਬਹੁਤ ਸਾਰੇ ਪਹਿਲਵਾਨ ਨੇ ਓਲੰਪਿਕਸ ਤੱਕ ਚਲੇ ਜਾਂਦੇ ਨੇ, ਬੜੀ ਸਪੋਰਟ ਮਿਲਦੀ ਹੈ ਉਹਨਾਂ ਨੂੰ। ਪੰਜਾਬ ਦੇ ਵਿੱਚ ਕੁਸ਼ਤੀ ਨੂੰ ਕਿੱਦਾਂ ਦੀ ਸਪੋਰਟ ਮਿਲਦੀ ਹੈ? ਪੰਜਾਬ ਦੇ ਵਿੱਚ ਦੇਖੋ ਜੀ ਸਰਕਾਰ ਵੱਲੋਂ ਤੇ ਜਾਂ ਫੈਡਰੇਸ਼ਨ ਵੱਲੋਂ ਉਨੀ ਸਪੋਰਟ ਨਹੀਂ ਆ ਜਿੰਨੀ ਹਰਿਆਣਾ ਦੇ ਵਿੱਚ ਹੁੰਦੀ ਹੈ, ਕਿਉਂਕਿ ਇੱਥੇ ਆਪਣੇ ਕੰਪੈਰੀਟਿਵਲੀ ਨੌਕਰੀਆਂ ਵੀ ਜ਼ਿਆਦਾ ਦਿੰਦੇ ਨੇ ਤੇ ਜ਼ਿਆਦਾ ਬੱਚਿਆਂ ਨੂੰ ਦਿੰਦੇ ਨੇ। ਸੋ ਇੱਕ ਓਬਵੀਅਸ ਹੀ ਗੱਲ ਹੈ ਉੱਥੇ ਸਪੋਰਟਸ ਦਾ ਮਤਲਬ ਜਿਹੜਾ ਬੂਮ ਹੈ ਇੱਕ ਆਪਣੇ ਨਾਲੋਂ ਜ਼ਿਆਦਾ ਪੰਜਾਬ ਨਾਲੋਂ, ਬਟ ਪੰਜਾਬ ਦੀ ਕੁਸ਼ਤੀ ਅੱਗੇ ਨਾਲੋਂ ਤਾਂ ਕਾਫੀ ਵਧੀਆ ਹੈ ਜੀ, ਮੈਟ ਉੱਪਰ ਵੀ ਮਿੱਟੀ ਉੱਪਰ ਵੀ। ਕਿੰਨੇ ਸਾਲ ਹੋ ਗਏ ਭਾਜੀ ਕੁਸ਼ਤੀਆਂ ਛਿੰਝ ਅਖਾੜਿਆਂ 'ਚ ਆਉਂਦੇ? ਭਾਜੀ ਮੈਨੂੰ 12-13 ਸਾਲ ਹੋ ਗਏ, ਮੈਂ 13 ਸਾਲ ਦਾ ਜਦੋਂ ਦਾ ਮੈਂ ਦੰਗਲ ਦੇਖਣ ਲੱਗ ਗਿਆ ਸੀ। ਕਿੰਨੇ ਮੋਟਰਸਾਈਕਲ ਜਿੱਤੇ ਆ, ਕਿੰਨੀਆਂ ਗੱਡੀਆਂ ਜਿੱਤੀਆਂ ਨੇ? ਕੈਸ਼ ਨਹੀਂ ਮੈਂ ਪੁੱਛਦਾ, ਮੈਨੂੰ ਪਤਾ ਹੋ ਵੀ ਉਹਦੀ ਗਿਣਤੀ ਸ਼ਾਇਦ ਤੁਹਾਨੂੰ ਵੀ ਭੁੱਲ ਗਈ ਹੋਵੇ। ਮੋਟਰਸਾਈਕਲ ਬੁਲਟ ਕਿੰਨੇ ਕੁ ਜਿੱਤੇ ਨੇ ਹੁਣ ਤੱਕ? ਭਾਜੀ ਹੁਣ ਤੱਕ ਟੋਟਲ 98 ਮੋਟਰਸਾਈਕਲ ਨੇ, ਜਿਨ੍ਹਾਂ ਚੋਂ 32 ਬੁਲਟ ਨੇ ਤੇ 7 ਗੱਡੀਆਂ ਨੇ ਆਲਟੋ, 4 ਟਰੈਕਟਰ ਨੇ, ਬਾਕੀ 50-55 ਝੋਟੀਆਂ ਨੇ ਤੇ ਕੈਸ਼ ਤੇ ਸੋਨੇ ਦਾ ਨਹੀਂ ਕੋਈ ਪਤਾ। ਕੈਸ਼ ਤੇ ਸੋਨੇ ਦਾ ਹਿਸਾਬ ਨਹੀਂ ਹੈ। ਬੁਲਟ 34 ਨੇ, 32 ਬੁਲਟ ਨੇ, 90 ਤੋਂ ਉੱਪਰ ਮੈਨੂੰ ਲੱਗਦਾ ਪੂਰੇ 98 ਮੋਟਰਸਾਈਕਲ ਉਹਨੇ, ਗੱਡੀਆਂ ਵੀ ਜਿੱਤੀਆਂ ਨੇ। ਭਾਈ ਮਹਿਸੂਸ ਕਿੱਦਾਂ ਦਾ ਕਰਦੇ ਹੋ, ਕਿਉਂਕਿ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠਣਾ, ਇੱਕ ਛੋਟੇ ਜਿਹੇ ਏਰੀਆ ਦੇ ਵਿੱਚੋਂ ਉੱਠ ਕੇ ਪੂਰੇ ਪੰਜਾਬ ਦੇ ਵਿੱਚ ਨਹੀਂ ਮੈਨੂੰ ਲੱਗਦਾ ਅੱਜ ਭਾਰਤ ਦੇ ਵਿੱਚ ਜੱਸਾ ਪੱਟੀ ਦਾ ਨਾਮ ਬੋਲਦਾ ਹੈ। ਮਿਹਨਤ ਕਿੰਨੀ ਕਰਨੀ ਪਈ, ਕਿੱਥੋਂ ਲਗਨ ਕਿੱਥੋਂ ਲੱਗੀ ਸੀ ਪਹਿਲਵਾਨੀ ਦੀ? ਮੇਰੇ ਪਿਤਾ ਜੀ ਆਪਣੇ ਟਾਈਮ ਦੇ ਬਹੁਤ ਵੱਡੇ ਪਹਿਲਵਾਨ ਹੋਏ ਨੇ ਜੀ, ਸ਼ਿੰਦਾ ਪਹਿਲਵਾਨ ਪੱਟੀ ਵਾਲਾ। ਲਗਨ ਤਾਂ ਉਹਨਾਂ ਨੂੰ ਦੇਖ ਕੇ ਲੱਗ ਗਈ ਸੀ ਜੀ, ਘਰ ਵਿੱਚ ਮਾਹੌਲ ਸੀ ਪਹਿਲਵਾਨੀ ਦਾ। ਬਾਕੀ ਮਿਹਨਤ ਤਾਂ ਹਰੇਕ ਫੀਲਡ ਵਿੱਚ ਹੀ ਕਰਨੀ ਪੈਂਦੀ ਹੈ ਜੀ, ਇਹਦਾ ਪਰਮਾਤਮਾ ਦੀ ਮਰਜ਼ੀ ਕਿਹਨੂੰ ਰੰਗ ਪਾਗ ਲਾਉਣੇ ਆ ਜੀ। ਜੱਸੇ ਭਾਈ ਮੈਨੂੰ ਪਤਾ ਜ਼ੋਰ ਬਹੁਤ ਲਾਉਂਦੇ ਹੋ ਤੁਸੀਂ, ਬਹੁਤ ਸਾਰੇ ਜਿਹੜੇ ਇਨਾਮ ਜਿੱਤ ਲਏ ਨੇ, ਅਖਾੜਿਆਂ ਦੇ ਵਿੱਚ ਮਿੱਟੀ ਦੇ ਵਿੱਚ ਬਹੁਤ ਘੁਲਦੇ ਹੋ। ਸਵਾਲ ਉੱਠਦੇ ਨੇ ਤੁਹਾਡੇ ਤੇ, ਕਹਿੰਦੇ ਜੱਸਾ ਪੱਟੀ ਜਿਹੜੀ ਮੈਟਾਂ ਵਾਲੀ ਕੁਸ਼ਤੀ ਨਹੀਂ ਖੇਡਦਾ, ਉਹ ਤੇ ਪਤਾ ਨਹੀਂ ਕਿਉਂ ਨਹੀਂ ਆਉਂਦਾ, ਕਹਿੰਦੇ ਡੋਪ ਤੋਂ ਡਰਦਾ, ਬੜੇ ਸਵਾਲ ਤੁਹਾਡੇ ਤੋਂ ਚੁੱਕੇ ਜਾਂਦੇ ਨੇ, ਕੀ ਕਹਿਣਾ ਚਾਹੁੰਦੇ ਤੁਸੀਂ ਉਸ ਗੱਲ ਦਾ? ਵੀਰ ਜੀ ਮੈਂ ਆਲਰੇਡੀ ਜਵਾਬ ਦੇ ਚੁੱਕਿਆ, ਲਾਈਵ ਹੋ ਕੇ ਵੀ ਤੇ ਇੰਟਰਵਿਊ ਦੇ ਵਿੱਚ ਵੀ। ਮੈਂ ਜ਼ਿਆਦਾ ਉਸ ਚੀਜ਼ ਨੂੰ ਤੋਲ ਨਹੀਂ ਦੇਣਾ ਚਾਹੁੰਦਾ। ਲੱਗਦਾ ਤੁਹਾਨੂੰ ਇਹ ਸਵਾਲ ਬਣਦੇ ਨੇ ਤੁਹਾਡੇ ਤੋਂ ਉੱਠਣੇ ਵੀ ਬੰਦਾ ਜਿਹੜਾ ਅਖਾੜੇ ਦੇ ਵਿੱਚ ਇੰਨਾ ਨਾਂ ਬਣਾ ਚੁੱਕਿਆ, ਮਿੱਟੀ ਦੇ ਵਿੱਚ ਇੰਨੀ ਮਿਹਨਤ ਲਾ ਚੁੱਕਿਆ, ਉਹਦੇ ਉੱਤੇ ਵੀ ਸਵਾਲ ਕੀਤੇ ਜਾ ਰਹੇ ਨੇ, ਲੱਗਦਾ ਭਲਵਾਨੀ ਦੇ ਉੱਤੇ ਜਾਂ ਖੇਡ ਦੇ ਉੱਤੇ ਅਸਰ ਪੈਂਦਾ ਸੀ? ਵੇਖੋ ਜੀ, ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਨਹੀਂ ਛੱਡਿਆ, ਅਸੀਂ ਕੀ ਚੀਜ਼ ਆ। ਸਵਾਲ ਕਰਨ ਉਹਨਾਂ ਦੀ ਮਰਜ਼ੀ ਆ, ਪਰ ਸਾਡੇ ਕੋਈ ਫਰਕ ਨਹੀਂ ਪੈਂਦਾ ਜੀ ਸਾਨੂੰ ਇਸ ਚੀਜ਼ ਨਾਲ। ਕਰਤਾਰ ਪਹਿਲਵਾਨ ਪਰਟੀਕੁਲਰਲੀ ਮੈਂ ਨਾਲ ਲਊਂਗਾ ਉਹਨਾਂ ਦਾ, ਕਿਉਂਕਿ ਉਹਨਾਂ ਨੇ ਸਵਾਲ ਕੀਤੇ ਸੀਗੇ, ਕਹਿੰਦੇ ਡੋਪ ਤੋਂ ਡਰਦਾ ਜੱਸਾ ਤਾਂ ਨਹੀਂ ਆਉਂਦਾ, ਹੋਰ ਪਹਿਲਵਾਨਾਂ ਦੇ ਵੀ ਨਾਲ ਆਏ ਸੀਗੇ। ਹਾਲਾਂਕਿ ਮੈਂ ਨਹੀਂ ਚਾਹੁੰਦਾ ਖੇਡ ਦੇ ਵਿੱਚ ਕੋਈ ਵੀ ਨੈਗੇਟਿਵ ਚੀਜ਼ ਜਾਵੇ ਜਾਂ ਖੇਡ ਦਾ ਕੋਈ ਮਾੜਾ ਅਸਰ ਖੇਡ ਦੇ ਉੱਤੇ ਪਵੇ, ਪਰ ਇੱਦਾਂ ਦੇ ਸਵਾਲ ਚੁੱਕਣੇ ਤੁਹਾਨੂੰ ਕਿਸੇ ਪਲੇਟਫਾਰਮ 'ਤੇ ਆ ਕੇ ਲੱਗਦਾ ਵੀ ਉਹਨਾਂ ਨੂੰ ਇੱਕ ਵਾਜਬ ਜਿਹਾ ਜਵਾਬ ਦੇਣਾ ਚਾਹੀਦਾ ਵੀ ਕਿਉਂ? ਅਸਲੀ ਕਾਰਨ ਤੁਸੀਂ ਦੱਸ ਸਕਦੇ ਹੋ, ਕਿਉਂਕਿ ਦਰਸ਼ਕ ਬਹੁਤ ਸਾਰੇ ਜਾਣਨਾ ਚਾਹੁੰਦੇ ਹੋਣ, ਕਿਉਂਕਿ ਮਨਾਂ ਦੇ ਵਿੱਚ ਲੋਕਾਂ ਦੀ ਗੱਲ ਪੈ ਗਈ। ਭਾਈ ਦੇਖੋ, ਕੋਈ ਫੈਮਿਲੀ ਰੀਜ਼ਨ ਸੀਗਾ ਜਿਹਦੇ ਕਰਕੇ ਮੈਂ ਨੈਸ਼ਨਲ ਡ੍ਰੌਪ ਕੀਤੀ ਆ, ਉਹ ਕੋਈ ਵੱਡਾ ਕਾਰਨ ਨਹੀਂ ਆ। ਮੈਂ 5-6 ਸਾਲ ਤੋਂ ਲਗਾਤਾਰ ਨੈਸ਼ਨਲ ਖੇਡ ਰਿਹਾ, ਐਰ ਕਿ ਨਹੀਂ ਖੇਡਿਆ ਤਾਂ ਮੇਰੇ ਖਿਆਲ ਨਾਲ ਕੋਈ ਨਾ ਇਸ਼ੂ ਬਣਾਉਣ ਵਾਲੀ ਗੱਲ ਨਹੀਂ ਸੀ ਇਹਦੇ ਵਿੱਚ। ਚਲੋ ਉਹਨਾਂ ਨੇ ਬਣਾਇਆ ਤਾਂ ਠੀਕ ਆ, ਉਹਨਾਂ ਦੀ ਮਰਜ਼ੀ ਆ, ਮੈਂ ਜੋ ਰਿਪਲਾਈ ਕਰਨਾ ਸੀ ਮੈਂ ਕਰ ਚੁੱਕਿਆ ਜੀ। ਤੁਸੀਂ ਵੀ, ਮੈਂ ਤੁਹਾਡਾ ਵੀਡੀਓ ਵੀ ਦੇਖਿਆ, ਲਾਈਵ ਵੀਡੀਓ, ਤੁਸੀਂ ਉਹਦੇ ਵਿੱਚ ਵੀ ਗੱਲ ਕੀਤੀ ਵੀ ਕਰਤਾਰ ਪਹਿਲਵਾਨ ਜਿਹੜੇ ਨੇ, ਕਰਤਾਰ ਸਿੰਘ, ਉਹਨਾਂ ਦੇ ਵੱਲੋਂ ਕੁਸ਼ਤੀਆਂ ਲਈ ਜਾਂ ਭਲਵਾਨਾਂ ਲਈ ਬਹੁਤਾ ਕੁਝ ਕੀਤਾ ਨਹੀਂ ਜਾਂਦਾ। ਫਿਰ ਭਾਜੀ ਉਹੀ ਗੱਲ ਹੈ, ਮੈਂ ਆਲਰੇਡੀ ਇਸ ਚੀਜ਼ ਦਾ ਜਵਾਬ ਦੇ ਚੁੱਕਿਆ, ਮੈਂ ਬਾਰ-ਬਾਰ ਉਹੀ ਗੱਲ ਰਿਪੀਟ ਨਹੀਂ ਕਰਨੀ ਚਾਹੁੰਦਾ। ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹੋ ਭਾਜੀ? ਬਹੁਤ ਸਾਰੇ ਨੌਜਵਾਨ ਤੁਹਾਨੂੰ ਦੇਖ ਕੇ ਜੱਸਾ ਪੱਟੀ ਬਣਨਾ ਚਾਹੁੰਦੇ ਨੇ, ਕੀ ਮੈਸੇਜ ਦੇਣਾ ਚਾਹੁੰਦੇ ਹੋ? यही है जी, मेहनत करो वध तो वध, मेरे नाल तो बहुत वधिया बनो जी, मेरे वर्गे का क्यों बनना, एक अपनी अलग पछाण बनाओ, माँ प्यो की रिस्पैक्ट करो तो मेहनत के लड़ लगो जी। गलबात करने भाई बहुत बहुत धन्यवाद। सो ये जस्सा पट्टी वो पहलवान जिन्हें पंजाब की मिट्टी के अपना पसीना बहाया तो 98 मोटरसाइकिल जिते, 32 गड्डियां जितियां, 32 बुलेट मोटरसाइकिल जिते, कहता पैसे का, सोने दियां मुंदियां का, सोने दियां चेनां का मेरे को हिसाब ही कोई नहीं कि मैं जित किन्ने लाया। फिलहाल अपने सहयोगी प्रवीण मांगड़ के नाल सुखविंदर सिंह, दैनिक सवेरा टीवी दसूहा। मियां रफीक मोहम्मद, फ्री सेवा फ्री समाधान, 51 मिनटा विच घर बैठे हुण तक हेठ लिखे रिकॉर्ड केस हल, वशीकरण, लव मैरिज, PR, लॉटरी सट्टा नंबर, संतानहीनता दे धोखा खाए भैन भरा लई फ्री सेवा, सिद्धियां ते चार इलमां दे बेताज बादशाह, तकदीर कदों बदलेगी, सच्चा प्यार मिलेगा या नहीं, लॉटरी नंबर पाओ। जेकर तुहाडा अजे तक काम नहीं होया तां इधर उधर ना भटको, सानू फोन करो। मियां रफीक मोहम्मद।